बिस्मिल्लाहिर्रहमानिर्रहीम, अल्लाहुम्म सल्ली अला मुहम्मद वला आले मुहम्मद वबारिक वसल्लम सल्ली अली। लखा करोड़ा दरूद सोने कमली वाले आका हजरत मुहम्मद अरबी सल्लल्लाहु अलैहि वली वसल्लम ते आप दी आल ते आप दे सहाबा ते। मेरा नाम जी डॉक्टर गजनफर बुखारी है, पंजाब पाकिस्तान तो आ तुसी देख रहे हो पीएचडी पंजाबी स्टूडियो का प्रोग्राम डॉक्टर गजनफर के पुराने। आज जिहड़ी शख्सियत साढ़े पुराने बड़े ने जिहड़े साढ़े नाल जुड़े ने आस्ट्रेलिया तो, फरजंद साईं जी असीं उन्हां नूं जीएम कहने आ। सूफी गायक ने, बहुत सोहना गाते ने, बहुत खूबसूरत आवाज है उन्होंने, रब ने बहुत सोहनी उन्होंने कला दी है, आर्ट दी है, तो आर्ट के बड़े सोहने ढंग जुड़े ने विदेश रह के भी। साईं जी तुहानूं वेलकम करने आ असीं अपने शो च। ਤੁਹਾਨੂੰ ਸਾਰਿਆਂ ਨੂੰ, ਦੇਖਣ ਸੁਣਨ ਵਾਲਿਆਂ ਨੂੰ, ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ, ਸਤਿ ਸ੍ਰੀ ਅਕਾਲ ਤੇ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਲਹਿੰਦੀ ਤੇ ਚੜ੍ਹਦੇ ਪੰਜਾਬ ਦੇ ਸਰੋਤਿਆਂ ਦੇ ਰੂਬਰੂ ਕਰਵਾ ਰਹੇ ਹੋ। ਥੈਂਕ ਯੂ ਸਾਈਂ ਜੀ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਤੁਹਾਡਾ ਇੰਨਾ ਕੀਮਤੀ ਸਮਾਂ, ਤੁਸੀਂ ਇੰਨੇ ਤੁਹਾਡੇ ਰਜੇਵੇਂ, ਇੰਨੀ ਤੁਹਾਡੀ ਮਸਰੂਫੀਅਤ, ਤੁਸੀਂ ਸਾਡੇ ਲਈ ਵਕਤ ਕੱਢਿਆ ਤੇ ਤੁਹਾਡੀ ਰੱਬ ਨੇ ਬਹੁਤ ਖੂਬਸੂਰਤ ਤੁਹਾਨੂੰ ਆਵਾਜ਼ ਦਿੱਤੀ ਹੈ, ਤੁਸੀਂ ਸੋਹਣਾ ਢੰਗ ਨਾਲ ਆਰਟ ਦੇ ਨਾਲ ਜੁੜੇ ਜੇ, ਸਾਡੀ ਖੁਸ਼ਕਿਸਮਤੀ ਤੁਸੀਂ ਸਾਡੇ ਨਾਲ ਮੌਜੂਦ ਹੋ। ਪ੍ਰੋਗਰਾਮ ਵੱਲ ਵਧਨੇ ਆ। ਫਰਜ਼ੰਦ ਸਿੰਘ ਜੀ, ਆਪਣੇ ਪਿਛੋਕੜ ਬਾਰੇ ਦੱਸੋ, ਤੁਹਾਡਾ ਪਿੱਛੋਂ ਹੁਣ ਤਾਂ ਤੁਸੀਂ ਚੂੰਕਿ ਆਸਟ੍ਰੇਲੀਆ 'ਚ, ਆਸਟ੍ਰੇਲੀਆ ਦੀ ਗੱਲਬਾਤ ਕਰਨੀ ਆ ਵੀ ਇੱਥੇ ਕਿਵੇਂ ਆਏ, ਪਹਿਲੇ ਤੁਹਾਡਾ ਜੋ ਆਪਣਾ ਖਾਨਦਾਨੀ ਪਸ ਮੰਜ਼ਰ ਹੈ, ਬੈਕਗ੍ਰਾਉਂਡ ਸਾਰਾ, ਪਿੱਛੋਂ ਤੁਸੀਂ ਕਿਸ ਜਗ੍ਹਾ ਦੇ ਜੇ, ਉਸ ਬਾਰੇ ਕੁਝ ਦੱਸੋ ਦੇਖਣ ਆਇਆ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਪਾਕਿਸਤਾਨ ਤੋਂ ਸਪੈਸ਼ਲੀ ਮੈਂ ਕਿਸੇ ਨਾਲ ਰਾਬਤਾ ਕਰਦਾ, ਕਿਉਂਕਿ ਸਾਡਾ ਜਿਹੜਾ ਬੈਕਗ੍ਰਾਉਂਡ ਹੈ ਉਹ ਤਾਂ ਪਾਕਿਸਤਾਨੀ ਹੈ। ਜਿਹੜਾ ਮੇਰੇ ਦਾਦੇ ਹੋਣਾ ਦਾ ਜਾਂ ਉਹਨਾਂ ਦੇ ਵੀ ਗਾਂ, ਸਾਡੇ ਪੜਦਾਦੇ ਹੋਣਾ ਦਾ ਪਿੰਡ ਸੀ, ਉਹ ਸੀ ਸ਼ੇਖੂਪੁਰਾ। ਸੋ ਅਸੀਂ ਹੈ ਤਾਂ ਲਾਹੌਰੀਏ ਆ, ਤੇ ਮੇਰਾ ਜਿਹੜਾ ਜਨਮ ਹੋਇਆ ਫਿਰੋਜ਼ਪੁਰ, ਪਿੰਡ ਪੱਧਰੀ ਹੈ ਮੇਰਾ, ਫਿਰੋਜ਼ਪੁਰ ਸਾਡਾ ਬਾਰਡਰ ਏਰੀਆ, ਤੇ ਪਿਛਲੇ ਕੁਝ ਸਾਲਾਂ ਤੋਂ ਉੱਥੇ ਮੇਰੀ, ਫਿਰ ਉੱਥੇ ਮੈਂ ਵੱਡਾ ਹੋਇਆ, ਉੱਥੇ ਮੈਂ ਪੜ੍ਹਿਆ, ਤੇ ਮੇਰੀ ਜਿਹੜੀ ਪੜ੍ਹਾਈ ਹੈਗੀ ਹੈ ਤਲੀ, ਮੈਂ ਐਮ ਏ ਬੀ ਐਡ ਕੀਤੀ ਹੈ, ਮੈਂ ਐਮ ਏ ਪੰਜਾਬੀ ਦੀ ਕੀਤੀ ਹੈ, ਔਰ ਫਿਰ ਕੁਝ ਸਮਾਂ ਮੈਂ ਕਿਤੇ ਪ੍ਰਾਈਵੇਟ ਸੈਕਟਰ ਜੋਬ ਕੀਤੀ, ਫਿਰ 2011 'ਚ ਪਹਿਲੀ ਵਾਰੀ ਮੈਨੂੰ ਕਿਸੇ ਨੇ ਫੇਸਬੁੱਕ ਤੇ ਮੇਰਾ ਕਿਸੇ ਨੇ ਗਾਣਾ ਦੇਖਿਆ ਸੀ, ਤੇ ਉਹਨਾਂ ਨੇ ਮੈਨੂੰ ਕੈਨੇਡਾ ਸ਼ੋਅ ਲਈ ਬੁਲਾ ਲਿਆ ਸੀ। ਇਸ ਤਰ੍ਹਾਂ ਫਿਰ ਮੈਂ 11-12 'ਚ ਉੱਥੇ ਸ਼ੋਅਜ਼ ਲਈ ਜਾਂਦਾ ਰਿਹਾ, ਫਿਰ ਮੈਨੂੰ 14 'ਚ ਫਿਰ ਕਿਸੇ ਨੇ ਕੈਨੇਡਾ ਸੱਦਿਆ, ਤੇ ਮੈਂ ਪਿਛਲੇ 14 ਤੋਂ ਲੈ ਕੇ 19 ਤੱਕ ਕੈਨੇਡਾ ਹੀ ਰਹਿ ਰਿਹਾ ਸੀ, ਤੇ 19 ਤੋਂ ਮੈਂ 19 ਨੂੰ ਇੰਡੀਆ ਆਇਆ 2019 ਨੂੰ, ਤੇ ਫਿਰ 5-6 ਮਹੀਨੇ ਇੰਡੀਆ ਰਹਿ ਕੇ ਮੈਨੂੰ ਆਸਟ੍ਰੇਲੀਆ ਕਿਸੇ ਕੰਮ ਲਈ ਆਉਣਾ ਪਿਆ, ਤੇ ਅੱਜ ਮੈਂ ਹੁਣ ਅੱਜ ਕੱਲ੍ਹ ਆਸਟ੍ਰੇਲੀਆ ਹੀ ਰਹਿ ਰਿਹਾ। ਬਹੁਤ ਵਧੀਆ ਜੀ, ਬਹੁਤ ਅੱਛਾ ਲੱਗ ਰਿਹਾ ਤੁਸੀਂ ਸਾਡੇ ਨਾਲ ਮੌਜੂਦ ਹੋ, ਤੇ ਤੁਸੀਂ ਹੈਗੇ ਵੀ ਪੰਜਾਬ ਦੇ, ਇਸ ਜਿਹੜਾ ਸਾਡਾ ਹੈ ਆਪਣਾ ਲਹਿੰਦਾ ਪੰਜਾਬ, ਇੱਥੋਂ ਦੇ ਤੁਹਾਡੇ ਬਜ਼ੁਰਗ ਨੇ, ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਅੱਛਾ ਫਰਜ਼ੰਦ ਸਿੰਘ ਜੀ, ਸਾਈਂ ਨਾਲ ਕਿੱਦਾਂ ਤੁਸੀਂ ਲਾਇਆ, ਕੀ ਤੁਸੀਂ ਸਾਈਂ ਜ਼ਹੂਰ ਤੁਮ ਦੱਸਦੇ? ਮੈਨੂੰ ਬੜਾ ਔਖਾ ਲੱਗਦਾ ਕਿ ਹੁਣ ਮੈਨੂੰ ਪਿਛਲੇ ਕੁਝ ਸਮੇਂ ਤੋਂ ਲੋਕ ਸਾਈਂ ਦੇ ਨਾਂ ਨਾਲ ਪੁਕਾਰਨ ਲੱਗ ਗਏ ਨੇ, ਈਵਨ ਸੋਸ਼ਲ ਮੀਡੀਆ ਤੇ ਵੀ ਮੈਨੂੰ ਆਪਣਾ ਨਾਮ ਅਪਡੇਟ ਕਰਨਾ ਪਿਆ, ਕਿਉਂਕਿ ਮੈਂ ਸਾਈਂ ਜ਼ਹੂਰ ਹੁਣਾਂ ਤੋਂ ਡਾਢਾ ਮੁਤਾਸਿਰ ਸੀ, ਉਹਨਾਂ ਤੋਂ, ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਮੈਂ ਸੁਣ ਰਿਹਾ ਸਾਂ, ਪਿਛਲੇ ਕੋਈ 15 ਸਾਲ ਤੋਂ ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਦੀ ਖਿਦਮਤ ਕੀਤੀ ਹੈ। ਪਰ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਚਾਹ ਹੁੰਦੀ ਹੈ ਕਿ ਤੁਹਾਨੂੰ ਕਿਸੇ ਚੀਜ਼ ਨਾਲ ਲਗਨ ਹੋ ਜਾਂਦੀ ਹੈ, ਫਿਰ ਉਹ ਚੀਜ਼ ਤੁਹਾਡੇ ਕੋਲ ਖੁਦ ਆ ਜਾਂਦੀ ਹੈ, ਜਾਂ ਤੁਹਾਨੂੰ ਮਿਲ ਜਾਂਦੀ ਹੈ। ਇਹ ਵਾਕਈ ਇਹ ਡਿਪੈਂਡ ਹੈ ਕਿ ਤੁਸੀਂ ਉਸ ਚੀਜ਼ ਲਈ ਕਿੰਨੀ ਘਾਲਣਾ ਘਾਲੀ। ਸਾਈਂ ਉਹਨਾਂ ਨੂੰ ਮੈਂ ਸੁਣਦਾ ਸੀ, ਉਹਨਾਂ ਨੂੰ ਪਿਆਰ ਕਰਦਾ ਸੀ, ਤੇ 2015 'ਚ ਮੇਰੇ ਕੈਨੇਡਾ ਉਹਨਾਂ ਨਾਲ ਮੇਲ ਹੋ ਗਿਆ। ਸਾਡਾ ਇੱਕ ਦੋਸਤ ਸੀ ਤੇਜੀ ਸੰਧੂ, ਉਹ ਬਹੁਤ ਮੇਰਾ ਵੱਡਾ ਵੀਰ ਹੈ, ਉਹਨਾਂ ਨੇ ਮੈਨੂੰ ਸਾਈਂ ਹੁਣਾਂ ਨਾਲ ਮਿਲਾਇਆ ਸੀ। ਬਸ ਫਿਰ ਉਸ ਦਿਨ ਤੋਂ ਸਾਈਂ ਹੁਣਾਂ ਨੇ ਮੈਨੂੰ ਚਰਨੀ ਲਾ ਲਿਆ, ਤੇ ਮੈਂ ਉਹਨਾਂ ਦਾ ਹੋ ਗਿਆ, ਉਹ ਮੇਰੇ ਹੋ ਗਏ, ਸਾਈਂ ਨੇ ਆਪਣਾ ਫਰਜ਼ੰਦ ਬਣਾ ਲਿਆ, ਤੇ ਉਹ ਬਸ ਪਿੱਛੇ ਜੇ ਉਹਨਾਂ ਦਾ ਕੋਈ ਤੁਹਾਡੇ ਰੋਜ਼ੇ ਨਿਕਲ ਕੇ ਗਏ ਨੇ, ਉਦੋਂ ਉਹਨਾਂ ਨੇ ਇਬਾਦਤ ਦੇ ਦੌਰਾਨ ਉਹਨਾਂ ਨੂੰ ਆਇਆ ਕਿ ਪੁੱਤਰ ਤੇਰਾ ਫਰਜ਼ੰਦ ਨੂੰ ਹੁਣ ਮੈਂ ਫਰਜ਼ੰਦ ਸਾਈਂ ਕਰ ਦੇਣਾ, ਪਿੱਛੇ ਜੇ ਉਹਨਾਂ ਨੇ ਮੈਨੂੰ ਕਿਹਾ ਪੁੱਤਰ ਆਪਣਾ ਨਾਮ ਬਦਲ ਕੇ ਤੇ ਹੁਣ ਫਰਜ਼ੰਦ ਸਾਈਂ ਹੋ ਜਾ, ਤੇ ਬਸ ਫਿਰ ਉਹਨਾਂ ਦਾ ਹੁਕਮ ਜਿਹੜਾ। ਸਾਈਂ ਜੀ, ਸਾਈਂ ਫਰਜ਼ੰਦ ਜ਼ਹੂਰ ਜੀ, ਬਹੁਤ ਬੜੀ ਹਸਤੀ ਨੇ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੋਏ ਸਨ, ਸਾਡੇ ਪੁਰਾਣੇ ਬਣੇ ਸਨ, ਸਾਡੇ ਲਈ ਬੜੀ ਭਾਗਾਂ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਦੇ ਇੱਕ ਖੂਬਸੂਰਤ ਫਰਜ਼ੰਦ ਨਾਲ, ਇੱਕ ਉਹਨਾਂ ਦੇ ਸ਼ਗੀਰਦ ਨਾਲ ਗੱਲ ਕਰ ਰਹੇ ਹਾਂ, ਹੈ ਨੀ ਵਿਦਿਆਰਥੀ ਨਾਲ। ਡਾਡੇ ਵੱਡੇ ਕਰਮ ਨੇ ਕਿ ਉਹਨਾਂ ਨੇ, ਉਹ ਫਕੀਰ ਆਦਮੀ ਨੇ, ਉਹ ਸੰਤ ਨੇ ਜਿਨ੍ਹਾਂ ਨੇ ਮੈਨੂੰ ਚਰਨੀ ਲਾਇਆ, ਤੇ ਬਸ ਫਿਰ ਕੋਸ਼ਿਸ਼ ਮੇਰੀ ਰਹਿੰਦੀ ਹੈ ਕਿ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਬਹੁਤ ਵੱਡੀ ਪਰਮਾਤਮਾ ਵੱਲੋਂ ਪੈ ਗਈ ਹੈ, ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿੱਥੇ ਵੀ ਮੈਂ ਘੱਟ ਗਾ ਲਵਾਂ ਪਰ ਗਾਵਾਂ ਚੰਗਾ ਹੀ, ਉਸਤਾਦ ਦੇ ਨਾਂ ਨੂੰ ਕਦੇ ਲਾਜ ਨਾ ਲੱਗੇ, ਇਸ ਤਰ੍ਹਾਂ ਮੈਂ ਸੋਚਦਾ ਕਿ ਜਦੋਂ ਵੀ ਗਾਵਾਂ ਅੱਛਾ ਹੀ ਗਾਵਾਂ। ਬਹੁਤ ਸੋਹਣਾ ਜੀ, ਬਹੁਤ ਵਧੀਆ। ਤੇ ਸਾਨੂੰ ਤੁਸੀਂ ਜੀ ਫਿਰ ਕੋਈ ਸੁਣਾਓ ਜੀ, ਸਾਈਂ ਜ਼ਹੂਰ ਜੀ ਦੇ ਹਵਾਲੇ ਨਾਲ ਕੋਈ ਉਹਨਾਂ ਦੇ ਕੋਈ ਕਲਾਮ ਸਾਨੂੰ ਸੁਣਾਓ ਆਪਣੇ ਉਸਤਾਦਾਂ ਦਾ ਸਾਡੇ ਦੇਖਣ। ਮੈਂ ਜ਼ਰੂਰ ਕੁਝ ਪੇਸ਼ ਕਰਦਾ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਹਮੇਸ਼ਾ ਹੀ ਕਹਿਣਾ ਹੁੰਦਾ ਜਿੱਥੇ ਵੀ ਮੈਂ ਕਦੇ ਕਿਤੇ ਗਾਇਆ,
ਹੁਣ ਤਾਂ ਵੈਸੇ ਹੀ ਮੋਢਿਆਂ ਤੇ ਭਾਰ ਬਹੁਤ ਵੱਡਾ ਇਸ ਹਰਜਨ ਸਾਈ ਦੇ ਨਾਮ ਨਾਲ। ਤਾਂ ਮੈਂ ਕਹਿੰਦਾ ਹੁੰਦਾ ਕਿ ਮੈਂ ਗੂੰਗਾ ਹਾਲੇ ਦੱਸਾਂ ਕਿ ਅਜੇ ਦੱਸਣ ਜੋਗੀ ਬਾਤ ਨਹੀਂ, ਅਜੇ ਝੋਲੀ ਮੇਰੀ ਖਾਲੀ ਹੈ, ਸੁਰ ਸ਼ਬਦਾਂ ਦੀ ਸੌਗਾਤ ਨਹੀਂ, ਪਰ ਮਾਲਿਕ ਦੇ ਘਰ ਘਾਟਾ ਕਿ ਉਸ ਘਰ ਵਿੱਚ ਕਿਹੜੀ ਦਾਤ ਨਹੀਂ, ਕਿਸ ਜੀਤ ਤੇ ਉਸਦੀ ਮਿਹਰ ਨਹੀਂ, ਕਿਸ ਬੂਟੇ ਲਈ ਬਰਸਾਤ ਨਹੀਂ, ਅਜੇ ਸੱਜ ਦੇ ਵਿੱਚ ਮੈਂ ਬੈਠਾ ਹਾਂ, ਸਿਰ ਝੁਕਣ ਦੀ ਔਕਾਤ ਨਹੀਂ, ਸਿਰ ਝੁਕਣ ਦੀ ਔਕਾਤ। ਕਿਆ ਬਾਤ, ਕਿਆ ਬਾਤ। ਫਿਰ ਕਹਿੰਦਾ ਕਿ ਪਹਿਲਾ ਸੱਜਦਾ ਉਸ ਰੱਬ ਨੂੰ ਜਿਸ ਦੌਲਤ ਦਿੱਤੀ ਸਾਹਾਂ ਦੀ, ਦੂਜਾ ਸੱਜਦਾ ਇਸ ਧਰਤੀ ਨੂੰ ਮੈਂ ਧੂੜ ਹਾਂ ਜਿਸ ਦੇ ਰਾਹਾਂ ਦੀ, ਤੀਜਾ ਸੱਜਦਾ ਸਭ ਗੁਰੂਆਂ ਨੂੰ ਹਰ ਬਖਸ਼ਿਸ਼ ਜਿਨ੍ਹਾਂ ਮੱਲਾਹਾਂ ਦੀ, ਚੌਥਾ ਸੱਜਦਾ ਮੇਰੇ ਮਾਪਿਆਂ ਨੂੰ ਜਿਨ੍ਹਾਂ ਮਾਫ਼ੀ ਦਿੱਤੀ ਗੁਨਾਹਾਂ ਦੀ, ਪੰਜਵਾਂ ਸੱਜਦਾ ਗੁਰਤੇਜ ਉਹਨਾਂ ਯਾਰਾਂ ਨੂੰ ਗੱਲ ਵੱਕੜੀ ਨਿੱਘੀਆਂ ਬਾਹਾਂ ਦੀ, ਤੇਰਾ ਸ਼ੁਕਰ ਹੈ ਤੈਨੂੰ ਸੱਜਦਾ ਹੈ ਤੂੰ ਹੀ ਪਾਲਣਹਾਰ, ਤੂੰ ਬੰਟ ਬਣਾਵੇਂ ਤੂੰ ਕਾਜ ਸਵਾਰੇ ਤੂੰ ਹੀ ਲਾਵੇਂ ਪਾਰ, ਤੇਰੀਆਂ ਤੂੰ ਜਾਣੇ ਤੈਨੂੰ ਕੌਣ ਜਾਣੇ, ਤੇ ਗਏ ਨੇ ਸਭੇ ਹਾਰ, ਇਹ ਗਏ ਨੇ ਸਭੇ ਹਾਰ, ਗਏ ਨੇ। ਕਿਆ ਬਾਤ, ਕਿਆ ਬਾਤ ਜੀ, ਬਹੁਤ ਸੋਹਣਾ, ਵਾਹ, ਮਿਹਰਬਾਨੀ, ਸ਼ੁਕਰੀਆ, ਬਹੁਤ ਸੋਹਣੇ ਲੱਗੇ। ਮੈਂ ਸਾਈਂ ਸਾਹਿਬ ਦਾ ਕਲਾਮ ਤੁਹਾਨੂੰ ਜੀ ਜ਼ਰੂਰ ਪੇਸ਼ ਕਰਨਾ। ਬਾਬਾ ਬੁੱਲਾ ਜੀ ਨੂੰ ਉਹਨਾਂ ਨੇ ਸਾਰੀ ਉਮਰ ਗਾਇਆ, ਉਹਨਾਂ ਨੂੰ ਪੜ੍ਹਿਆ ਉਹਨਾਂ ਨੇ, ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹਨਾਂ ਵਾਂਗੂ ਤਿੰਨ ਤਾਰੇ ਦੇ ਨਾਲ ਕੁਛ ਪੇਸ਼ ਕਰ ਦੇਣਾ ਤੁਹਾਡੇ ਲਈ ਸਥਾਈਅਤ ਦਾ। ਬਹੁਤ ਵਧੀਆ ਜੀ, ਬਹੁਤ ਖੂਬਸੂਰਤ, ਬਿਲਕੁਲ ਜੀ ਸਹੀ ਜ਼ਹੂਰ ਜੀ ਜਿਵੇਂ ਪੜ੍ਹ ਰਹੇ ਨੇ, ਕਿਆ ਬਾਤ ਹੈ, ਉਹੀ ਸਾਰਾ ਤੁਹਾਡਾ ਅੰਦਾਜ਼ ਹੈ, ਉਹੀ ਤੁਹਾਨੂੰ ਅੱਲਾ ਨੇ ਵਿੱਚ ਸਾਹਿਬ ਉਹ ਕਾਰਡ ਦਿੱਤਾ ਹੈ ਜੀ, ਬਹੁਤ ਬੜੀ ਗੱਲ, ਬਸ ਜੀ ਉਹਨਾਂ ਦੇ ਚਰਨੀ ਲੱਗ ਗਏ ਆ, ਬਸ ਉਹਨਾਂ ਦੇ ਹੋ ਗਏ ਆ ਹੁਣ ਤਾਂ। ਬਹੁਤ ਸੋਹਣਾ ਜੀ, ਬਹੁਤ ਚੰਗਾ ਲੱਗ ਰਿਹਾ ਜੀ, ਫਰਜ਼ਨ ਸਾਈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਤੁਸੀਂ ਸਾਈ ਜੀ ਕੋਲੋਂ ਇਕਤਬਾਸ ਫੈਸ ਕੀਤਾ ਕਿ ਤੁਸੀਂ ਜਿਹੜਾ ਉਹਨਾਂ ਕੋਲੋਂ ਹਾਸਲ ਕੀਤਾ ਹੈ ਉਹ ਦੁਨੀਆਂ ਨੂੰ ਤੁਸੀਂ ਸੁਣਾ ਵੀ ਰਹੇ ਹੋ। ਜੇ ਤੁਸੀਂ ਇੱਥੇ ਵਿਦੇਸ਼ ਜਾਂਦੇ ਹੋ, ਬਾਹਰਲੇ ਮੁਲਕ ਜਾਂਦੇ ਹੋ, ਤੇ ਕੀ ਮਾਹੌਲ ਹੈ ਇੱਥੇ, ਮਤਲਬ ਜਿਹੜੇ ਸਾਡੇ ਪੰਜਾਬੀ ਭਰਾ ਭੈਣਾਂ ਭਰਾ ਨੇ, ਕੀ ਉਹ ਸੱਭਿਆਚਾਰ ਦੇ ਨਾਲ ਹਲੇ ਜੁੜੇ ਨੇ ਉਸੇ ਤਰ੍ਹਾਂ ਹੀ, ਜਾਂ ਉਹਨਾਂ ਤੇ ਵੀ ਅਸਰਾਤ ਪੈ ਗਏ ਨੇ ਬਾਹਰਲੀ ਉੱਥੇ ਰਹਿਣ ਵਾਲੀਆਂ ਕੌਮਾਂ ਦੇ? ਇਸ ਗੱਲ ਦੀ ਹਮੇਸ਼ਾ ਖੁਸ਼ੀ ਹੁੰਦੀ ਹੈ ਕਿ ਮੈਂ ਚਾਹੇ ਉਹ ਕੈਨੇਡਾ ਰਹਿ ਰਿਹਾ ਸੀ ਜਾਂ ਹੁਣ ਮੈਂ ਆਸਟ੍ਰੇਲੀਆ ਦੇ ਵਿੱਚ ਹਾਂ,
ਅਸੀਂ ਸਾਡੇ ਦੋਵੇਂ ਪੰਜਾਬਾਂ ਦੇ ਨਾਲੋਂ ਨਾ ਬਾਹਰ ਹਜੇ ਵੀ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ, ਉਰਦੂ ਦੀਆਂ ਸਪੈਸ਼ਲ ਕਲਾਸਿਸ ਲੱਗਦੀਆਂ ਨੇ, ਬੱਚਿਆਂ ਨੂੰ ਫੋਕ ਡਾਂਸ ਦੇ ਨਾਲ ਫੋਕ ਐਕਟੀਵਿਟੀਜ਼ ਦੇ ਨਾਲ ਜੋੜਿਆ ਜਾਂਦਾ, ਉਹਨਾਂ ਨੂੰ ਸਪੈਸ਼ਲ ਭੰਗੜੇ ਦੀਆਂ ਕਲਾਸਾਂ, ਗਿੱਧੇ ਦੀਆਂ ਕਲਾਸਾਂ, ਇੱਥੇ ਸਗੋਂ ਸਾਡੇ ਕਲਚਰ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਅਸੀਂ ਦੂਰ ਹੁੰਦੇ ਹਾਂ ਆਪਣੇ ਪਰਿਵਾਰਾਂ ਤੋਂ, ਆਪਣੇ ਮੁਲਕ ਤੋਂ, ਆਪਣੀ ਧਰਤੀ ਤੋਂ, ਅਤੇ ਫਿਰ ਲੋਕ ਮਿਸ ਕਰਦੇ ਨੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਮਿਸ ਕਰਦੇ ਹਾਂ ਉਹਨਾਂ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ। ਬੇਸ਼ੱਕ ਅਸੀਂ ਇੱਥੇ ਵੈਸਟਰਨ ਜਿਹੜੇ ਕਲਚਰਸ ਨੂੰ ਅਪਣਾ ਲਿਆ ਹੈ, ਸਾਡੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਜ਼ਿਆਦਾ ਹੀ ਅਪਣਾ ਲਿਆ, ਅਤੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੰਟਰਨੈਟ 'ਤੇ ਬੱਚੇ ਵੱਡੇ ਹੋ ਰਹੇ ਨੇ, ਇੰਟਰਨੈਟ 'ਤੇ ਬੈਠ ਕੇ ਖਾਣਾ ਖਾ ਰਹੇ ਨੇ, ਇੰਟਰਨੈਟ 'ਤੇ ਬੈਠ ਕੇ ਆ ਕਰੋਨਾ ਕਾਲ 'ਚ ਛੋਟੇ ਛੋਟੇ ਬੱਚਿਆਂ ਦੀਆਂ ਕਲਾਸਿਸ ਇੰਟਰਨੈਟ 'ਤੇ ਲੱਗ ਰਹੀਆਂ ਨੇ, ਤਾਂ ਉਹ ਥੋੜ੍ਹਾ ਜਿਹਾ ਸਗੋਂ ਮੈਨੂੰ ਲੱਗਦਾ ਕਿ ਆਪਣੇ ਮੁਲਕਾਂ ਨਾਲੋਂ ਇਹਨਾਂ ਮੁਲਕਾਂ 'ਚ ਅਸੀਂ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਬਾਕੀ ਜੀ ਹਰ ਇੱਕ ਪਰਿਵਾਰ ਦੇ ਵਿੱਚ ਉਹਨਾਂ ਦੇ ਤਰੀਕੇ ਦਾ ਮਾਹੌਲ ਹੁੰਦਾ, ਕੁਛ ਲੋਕ ਕੋਸ਼ਿਸ਼ ਕਰਦੇ ਨੇ ਘਰ ਬੱਚੇ ਸਾਰਾ ਦਿਨ ਸਕੂਲ 'ਚ ਅੰਗਰੇਜ਼ੀ ਪੜ੍ਹਦੇ ਨੇ, ਪਰ ਉਹਨਾਂ ਦੇ ਪੇਰੈਂਟਸ ਵੱਲੋਂ ਘਰੇ ਸਟ੍ਰਿਕਟਲੀ ਇਹ ਕਿਹਾ ਜਾਂਦਾ ਕਿ ਨਹੀਂ ਬੇਟੇ ਹੁਣ ਤੁਸੀਂ ਘਰ ਆ ਗਏ ਅਤੇ ਪੰਜਾਬੀ 'ਚ ਗੱਲ ਕਰੋ ਸਾਡੇ ਨਾਲ, ਤਾਂ ਉਹ ਥੋੜ੍ਹਾ ਜਿਹਾ ਇਸ ਤਰ੍ਹਾਂ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਨੇ, ਜੋੜ ਕੇ ਰੱਖਦੇ ਨੇ। ਬਿਲਕੁਲ ਸਹੀ ਜੀ, ਬਾਕੀ ਮਾਹੌਲ ਇਸ ਤਰ੍ਹਾਂ ਕਿ ਬਾਹਰ ਲਾਈਫ ਜਿਹੜੀ ਟਫ ਹੈ, ਕੰਮ ਕਰਨਾ ਪੈਂਦਾ ਹੈ, ਕੰਮ 'ਤੇ ਜਾਣਾ ਪੈਂਦਾ ਹੈ, ਜਾ ਕੇ ਆ ਜਾਓ, ਸੌਂ ਜਾਓ, ਫਿਰ ਕੰਮ 'ਤੇ ਚਲੇ ਜਾਓ, ਇਹੀ ਲਾਈਫ ਹੈ। ਤਾਂ ਜਿੰਨਾ ਕੁ ਮੈਨੂੰ ਬਾਹਰ ਦਾ ਐਕਸਪੀਰੀਅੰਸ ਹੋਇਆ, ਅਤੇ ਮੈਂ ਕਈ ਵਾਰੀ ਜਦੋਂ ਤੁਸੀਂ ਸਟਰਗਲ ਲਾਈਫ ਦੇ ਵਿੱਚ ਹੁੰਦੇ ਹੋ ਤੁਹਾਨੂੰ ਬਹੁਤ ਸਾਰੇ ਨੈਗੇਟਿਵ ਐਕਸਪੀਰੀਅੰਸ ਹੁੰਦੇ ਨੇ, ਤਾਂ ਫਿਰ ਜਿਸ ਤਰ੍ਹਾਂ ਦਾ ਤੁਹਾਡਾ ਜ਼ਿਹਨ ਹੁੰਦਾ ਕਿ ਤੁਸੀਂ ਉਸ ਤਰ੍ਹਾਂ ਦੇ ਕਲਮ ਦੇ ਨਾਲ ਤੁਸੀਂ ਗੱਲਬਾਤ ਕਰ ਲੈਂਦੇ ਹੋ। ਮੈਂ ਕੁਝ ਪਰਦੇਸੀਆਂ ਬਾਰੇ ਵੀ ਅੱਛੀ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਜੇ ਤੁਹਾਡਾ ਤੁਸੀਂ ਸਾਨੂੰ ਸੁਣੋ, ਮੈਂ ਇਹ ਕਹਿਣ ਲੱਗਾ ਸਾਂ ਤੁਸੀਂ ਜੋ ਤਰੀਂਦੇ ਜੀ, ਤੁਸੀਂ ਕੁਛ ਨਾ ਕੁਛ ਜ਼ਰੂਰ ਲਿਖਿਆ ਹੋਏਗਾ, ਕਿਉਂਕਿ ਤੁਸੀਂ ਕਲਮ ਕਿਤਾਬ ਨਾਲ ਜੁੜੇ ਜੇ, ਤੁਸੀਂ ਮਿਊਜ਼ੀਕਲ ਇੰਸਟਰੂਮੈਂਟਸ ਨੇ ਇਹਨਾਂ ਨਾਲ ਜੁੜੇ ਜੇ, ਹੈ ਜੀ, ਤੇ ਤੁਸੀਂ ਸਾਨੂੰ ਕੁਛ ਸੁਣਾਓ। ਜ਼ਰੂਰ, ਉਹ ਪਰਦੇਸੀਆਂ ਦੀ ਗੱਲ ਹੈ, ਉਮੀਦ ਹੈ ਵੀ ਜਿੰਨੇ ਵੀ ਪਰਦੇਸਾਂ 'ਚ ਲੋਕ ਬੈਠੇ, ਵੀਡੀਓ ਜਿੱਥੋਂ ਤੱਕ ਵੀ ਜਾਏਗਾ ਉਹਨਾਂ ਨੂੰ ਚੰਗਾ ਲੱਗੇ। ਜ਼ਰੂਰ। ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ, ਓਯੋ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ। ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ, ਓਯੋ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ। ਟੈਮ ਨਾਲ ਕੰਮਾਂ ਉੱਤੇ ਜਾਣਾ ਪੈਂਦਾ ਏ, ਕਦੇ ਕਦੇ ਗੱਡੀ ਵਿੱਚ ਖਾਣਾ ਪੈਂਦਾ ਏ, ਟੈਮ ਨਾਲ ਕੰਮਾਂ ਉੱਤੇ ਜਾਣਾ ਪੈਂਦਾ ਏ, ਕਦੇ ਕਦੇ ਗੱਡੀ ਵਿੱਚ ਖਾਣਾ ਪੈਂਦਾ ਏ, ਕਈ ਵਾਰੀ ਇਸੇ ਤਰ੍ਹਾਂ, ਕਈ ਵਾਰੀ ਇਸੇ ਤਰ੍ਹਾਂ ਮਰ ਜਾਂਦੀ ਭੁੱਖ, ਮੈਂ ਕਿਹਾ ਹੋਈਓ ਰਹਿ ਕੇ ਪੱਕੇ ਲੈ ਲੈ ਵਤਨੀ ਦਾ ਸੁੱਖ, ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ। ਉਹ ਬੱਚਿਆਂ ਨੂੰ ਇੱਥੇ ਵੀ ਝਿੜਕ ਨਹੀਂ ਹੋ ਸਕਦੇ, 911 ਕਰ ਦੇਣ ਰਤਾ ਨਹੀਂ ਹੋ ਜਗਦੇ, ਦੁਖੀ ਹੋਏ ਮਾਪੇ, ਦੁਖੀ ਹੋਏ ਮਾਪੇ, ਦੁਖੀ ਹੋਏ ਮਾਪੇ, ਬਸ ਕਰ ਜਾਣ ਚੁੱਪ, ਮੈਂ ਕਿਹਾ ਰਹਿ ਗਏ ਪੱਕੇ ਲੈ ਲੈ ਵਤਨੀ ਦਾ ਸੁੱਖ, ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ। ਘਰਾਂ ਦੀਆਂ ਮੋਰੀਏ ਚ ਗੱਡੀ ਦੀਆਂ ਕਿਸ਼ਤਾਂ, ਇੰਡੀਆ ਚ ਬੈਠੇ ਲੋਕੀ ਕਰੀ ਜਾਂਦੇ ਸਿਫਤਾਂ, ਇੱਥੇ ਤਾਂ ਕਰਜ਼ਾ ਹੀ ਲਾਉਂਦਾ ਜਾਵੇ ਮੁੱਕ ਬੰਦਾ, ਇੱਥੇ ਤਾਂ ਕਰਜ਼ਾ ਹੀ ਲਾਉਂਦਾ ਜਾਵੇ ਮੁੱਕ, ਹੋਈਓ ਰਹਿ ਕੇ ਪੱਕੇ ਲੈ ਲੈ ਵਤਨੀ ਦਾ ਸੁੱਖ, ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ। ਕਿਆ ਬਾਤ ਜੀ, ਕਿਆ ਬਾਤ, ਵਾਹ, ਬਹੁਤ ਬਹੁਤ ਅੱਛਾ ਲਿਖਿਆ ਜੀ ਤੁਸੀਂ ਨੇ, ਕਿ ਵਾਕਈ ਤੁਸੀਂ ਨੇ ਉਹ ਜਿਹੜੀ ਲਾਈਫ ਹੈ ਉੱਥੇ ਇੰਨੀ ਮਸਰੂਫ ਲਾਈਫ ਹੈ, ਉਸ ਨੂੰ ਤੁਸੀਂ ਨੇ ਬੜੇ ਸੋਹਣੇ ਲਫਜ਼ਾਂ ਦੇ ਵਿੱਚ ਬਿਆਨ ਕੀਤਾ ਹੈ, ਬਲਕਿ ਮੈਂ ਕਹਾਂਗਾ ਉਹਨਾਂ ਗੱਲਾਂ ਨੂੰ ਬਹੁਤ ਸੋਹਣਾ ਅੱਖਰਾਂ ਦਾ ਬਾਨਾ ਪਵਾਇਆ ਤੁਸੀਂ, ਇਹ ਮਤਲਬ ਹਰ ਇੱਕ ਉੱਥੇ ਜਿਹੜਾ ਰਹਿਣਾ ਬਾਹਰ ਫਾਰਨਰ ਹੈ ਜਾਂ ਪਰਦੇਸੀ ਹੈ, ਉਹਨੂੰ ਇਹਨਾਂ ਇਸ ਤਰ੍ਹਾਂ ਦੇ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਅੱਛਾ ਲੱਗਾ। ਅੱਛਾ, ਤੁਸੀਂ ਇੱਕ ਜੋਗੀ ਵੀ ਪੜਿਆ, ਜੋਗੀ ਸਾਨੂੰ ਸੁਣਾਓਗੇ ਥੋੜ੍ਹਾ ਜਿਹਾ? ਜੋਗੀ ਮੈਂ ਜ਼ਰੂਰ ਪੇਸ਼ ਕਰ ਦੇਣਾ, ਕਲਾਮ ਬਾਬਾ ਅਬਦੁੱਲਾ ਜੀ ਦਾ, ਉਹ ਵੀ ਸੁਣਾ ਦੇਣਾ। ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੁਛ ਸਾਈ ਉਹਨਾਂ ਨੇ, ਮੈਂ ਮੇਰੇ ਉਸਤਾਦ ਨੇ, ਉਹਨਾਂ ਨੇ ਸਾਰਾ ਹੀ ਬਾਬਾ ਬੁੱਲਾ ਜੀ ਨੂੰ ਗਾਇਆ, ਤੇ ਮੈਂ ਚਲੋ ਉਹਨਾਂ ਤੋਂ ਬਹੁਤ ਜ਼ਿਆਦਾ ਮੁਤਾਸਿਰ ਹਾਂ,
ਪਰ ਕਈ ਵਾਰੀ ਮੇਰੀ ਹੁੰਦੀ ਹੈ ਕਿ ਛੋਟੇ ਸਬਜੈਕਟ ਵੀ ਛੋਏ ਜਾਣ ਜਿਹੜੀ ਸਿੱਧੀ ਮਤਲਬ ਸੌਖੀ ਗੱਲ ਹੋਵੇ ਤੇ ਸਾਰਿਆਂ ਨੂੰ ਚੰਗੀ ਲੱਗੇ ਤੇ ਤੁਸੀਂ ਕੋਸ਼ਿਸ਼ ਮੈਂ ਜੋਗੀ ਵੀ ਸੁਣਾ ਦੇਣਾ ਪਰ ਤੁਸੀਂ ਕੋਸ਼ਿਸ਼ ਕਰੋ ਮੇਰਾ ਕੁਛ ਆਪਣਾ ਨਵਾਂ ਕੁਛ ਮੇਰੇ ਤੋਂ ਤੁਸੀਂ ਜ਼ਰੂਰ ਜੋ ਬਿਲਕੁਲ ਇਹ ਤੁਸੀਂ ਬਿਲਕੁਲ ਬੜੀ ਸੋਹਣੀ ਗੱਲ ਕੀਤੀ ਹੈ ਇਹ ਸਵਾਲ ਹੀ ਮੇਰਾ ਇਸੀ ਮਨ ਚ ਆ ਰਿਹਾ ਆਉਂਦਾ ਸੀ ਕਿ ਤੁਸੀਂ ਕਲਾਮ ਦਾ ਇੰਤਖਾਬ ਕਿੰਝ ਕਰਦੇ ਜੀ ਮਤਲਬ ਇੱਕ ਤਾਂ ਚਲੋ ਤੁਹਾਡੇ ਉਸਤਾਦਾਂ ਨੇ ਪੜ੍ਹਿਆ ਬੁੱਲੇ ਸ਼ਾਹ ਜੀ ਨੂੰ ਸਰਦਾਰ ਰਹਿਮਤੁੱਲਾਹ ਤਾਲਾ ਅਲੈਹ ਉਹਨਾਂ ਦਾ ਕਲਾਮ ਤੁਸੀਂ ਲੈ ਲਿਆ ਫਿਰ ਕੀ ਤੁਸੀਂ ਜ਼ਿਆਦਾ ਆਪਣਾ ਲਿਖਿਆ ਸੀ ਆਪਣਾ ਲਿਖਿਆ ਵੀ ਤੁਸੀਂ ਜਿਹੜਾ ਉਪੜਦੇ ਹੋ ਹੋਰ ਮਤਲਬ ਤੁਸੀਂ ਕਿੰਨਾ ਕਿੰਨਾ ਲੋਕਾਂ ਦਾ ਤੁਸੀਂ ਲਿਖਿਆ ਸਾਡਾ ਗੀਤ ਸੀ ਕਿ ਉਹ ਵੀ ਮੈਂ ਪੜ੍ਹਿਆ ਤੇ ਕਾਫੀ ਉਹ ਫੇਸਬੁੱਕ ਤੇ ਕਾਫੀ ਮਕਬੂਲ ਹੋਇਆ ਅੱਜ ਦਾ ਮਾਹੌਲ ਹੈ ਵੀ ਇਹ ਜਿਹੜਾ ਕਿੰਗ ਹੈ ਨਾ ਇਹਨੂੰ ਪਾਕਿਸਤਾਨ ਚ ਤੁਹਾਡੇ ਕਿੰਗ ਕਹਿੰਦੇ ਸਾਡੇ ਤੁੰਬਾ ਕਹਿ ਦਿੰਦਾ ਕੋਈ ਇਹਨੂੰ ਦੋ ਤਾਰਾ ਤਿੰਨ ਤਾਰਾ ਪੰਜ ਤਾਰਾ ਕਹਿ ਦਿੰਦਾ ਕਿ ਹੁਣ ਤਾਂ ਨਾ ਕਿੰਗ ਵੱਜਦੀ ਨਾ ਕਿਤੇ ਘੜਾ ਵੱਜਦਾ ਇੱਕ ਪੁਰਾਣਾ ਗੀਤ ਸੀ ਕਿ ਘੜਾ ਵੱਜਦਾ ਤੇ ਕਿੰਗ ਵੱਜਦੀ ਕਿਤੇ ਗਾਗਰ ਸੁਣ ਮੁੰਡਿਆ ਅੱਜ ਕੱਲ ਤਾਂ ਸਾਡੇ ਕੋਲ ਰਿਹਾ ਹੀ ਫੋਨ ਗਿਆ ਫੋਨ ਹੀ ਵੱਜਦਾ ਜਿੱਥੇ ਵੀ ਵੱਜਦਾ ਹੈ ਕਿੰਗ ਘੜਾ ਤੇ ਚਲੇ ਗਏ ਨੇ ਤੇ ਮੈਂ ਉਹਦੀ ਉਹ ਇੱਕ ਅੱਜ ਦੇ ਮਾਹੌਲ ਦੀ ਮੈਂ ਤੁਹਾਨੂੰ ਪੇਸ਼ ਕਰੀ ਜ਼ਰੂਰ ਰੱਖਣਾ ਤੁਹਾਨੂੰ ਪਸੰਦ ਆਏਗੀ ਕੜਾ ਵੱਜਦਾ ਨਾ ਕਿੰਗ ਵੱਜਦੀ ਅੱਜ ਕੱਲ ਫੋਨੇ ਉੱਤੇ ਰਿੰਗ ਵੱਜਦੀ ਕੜਾ ਵੱਜਦਾ ਨਾ ਕਿੰਗ ਵੱਜਦੀ ਅੱਜ ਕੱਲ ਫੋਨੇ ਉੱਤੇ ਰਿੰਗ ਵੱਜਦੀ ਹੁਣ ਨਵੇਂ ਨਵੇਂ ਫੈਸ਼ਨਾਂ ਦੀ ਪੱਟੀ ਦੁਨੀਆ ਤਾਰ ਚਿੱਠੀ ਪੱਤਰਾਂ ਤੋਂ ਕੱਟੀ ਦੁਨੀਆ ਤਾਰ ਚਿੱਠੀ ਪੱਤਰਾਂ ਤੋਂ ਕੱਟੀ ਦੁਨੀਆ ਅੱਜ ਦਾ ਜ਼ਮਾਨਾ ਬੜੀ ਤੇਜ ਚੱਲਦਾ ਅੱਜ ਦਾ ਜ਼ਮਾਨਾ ਬੜੀ ਤੇਜ ਚੱਲਦਾ ਉਹ ਪਿੱਛੇ ਨਾ ਮੈਂ ਰਹਿ ਜਾਵਾਂ ਟ੍ਰੇਨ ਭੱਜਦੀ ਘੜਾ ਵੱਜਦਾ ਨਾ ਕਿੰਗ ਵੱਜਦੀ ਅੱਜ ਕੱਲ ਫੋਨੇ ਉੱਤੇ ਰਿੰਗ ਵੱਜਦੀ ਘੜਾ ਵੱਜਦਾ ਨਾ ਕਿੰਗ ਵੱਜਦੀ ਨਵੇਂ ਨਵੇਂ ਫੈਸ਼ਨਾਂ ਦੀ ਪੱਟੀ ਦੁਨੀਆ ਤਾਰ ਚਿੱਠੀ ਪੱਤਰਾਂ ਤੋਂ ਕੱਟੀ ਦੁਨੀਆ ਅੱਜ ਦਾ ਜ਼ਮਾਨਾ ਬੜੀ ਤੇਜ ਚੱਲਦਾ ਅੱਜ ਦਾ ਜ਼ਮਾਨਾ ਬੜੀ ਤੇਜ ਚੱਲਦਾ ਉਹ ਪਿੱਛੇ ਨਾ ਮੈਂ ਪਿੱਛੇ ਨਾ ਮੇਰੇ ਜਵਾਂ ਟ੍ਰੇਨ ਭੱਜਦੀ ਘੜਾ ਵੱਜਦਾ ਨਾ ਕਿੰਗ ਵੱਜਦੀ ਅੱਜ ਕੱਲ ਫੋਨੇ ਉੱਤੇ ਰਿੰਗ ਵੱਜਦੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਬਾਕੀ ਜੀ ਇਹ ਅੱਜ ਕੱਲ ਦਾ ਜੀ ਜੀ ਬਿਲਕੁਲ ਸੱਚ ਹੈ ਅਸੀਂ ਕਿਉਂਕਿ ਆਪਣੇ ਆਰਟ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜੇ ਸਿੱਖੀ ਦੇ ਹਾਲਾਤ ਨੇ ਉਹਨਾਂ ਨਾਲ ਮਤਲਬ ਸਾਰੀਆਂ ਦੀ ਵਰਤੋਂ ਨਹੀਂ ਹੈਗੀ ਤੁੰਬਾ ਅਲਗੋਦਾ ਉਗਜੂ ਇਸ ਤਰੀਕੇ ਇਸ ਲੋਕਾਂ ਨੂੰ ਮਤਲਬ ਹਾਂਜੀ ਛੱਡ ਇਹ ਸਾਰੇ ਇਸ ਤਰ੍ਹਾਂ ਜਿਹੜੇ ਨੇ ਇਹਨਾਂ ਦੂਰ ਹੁੰਦਾ ਜਾ ਰਿਹਾ ਸੀ ਇਹਨਾਂ ਚੀਜ਼ਾਂ ਤੋਂ ਅਤੇ ਤੁਸੀਂ ਬੜੀ ਗੱਲ ਹੈ ਬਹੁਤ ਸੋਹਣਾ ਖਤਮ ਹੁੰਦਾ ਜਾ ਰਿਹਾ ਤੁਸੀਂ ਬੜਾ ਸੋਹਣਾ ਇਹ ਦੱਸਿਆ ਕਿ ਵਾਕਈ ਅੱਜ ਤਾਂ ਸਿਰਫ ਫੋਨ 'ਤੇ ਰਹਿੰਗੀ ਵੱਜਦੀ ਹੈ ਇਹਨਾਂ ਚੀਜ਼ਾਂ ਤੁਸੀਂ ਬੜੀ ਗੱਲ ਹੈ ਅੱਜ 2021 ਤੁਸੀਂ ਫਿਰ ਵੀ ਇਹਨਾਂ ਹਾਲਾਤ ਦੇ ਨਾਲ ਜੁੜੇ ਜੇ ਸੂਫੀਆਨਾ ਕਲਾਮ ਤੁਸੀਂ ਪੜ੍ਹ ਰਹੇ ਜੇ ਬਹੁਤ ਬੜੀ ਗੱਲ ਹੈ ਜੀ ਬਹੁਤ ਸਾਡੀ ਖੁਸ਼ੀ ਦਾ ਠਿਕਾਣਾ ਨਹੀਂ ਹੈ ਕਿ ਤੁਸੀਂ ਸਾਡੇ ਨਾਲ ਮੌਜੂਦ ਹੋ ਅਸਲ ਵਿੱਚ ਤੁਹਾਨੂੰ ਅਸੀਂ ਤੁਹਾਨੂੰ ਜਿੰਨੀ ਵੀ ਤਾਰੀਫ ਕਰੀਏ ਸਾਡੇ ਕੋਲ ਸ਼ਬਦ ਨਹੀਂ ਹੈਗੇ ਬਹੁਤ ਅੱਛਾ ਲੱਗ ਰਿਹਾ ਸਾਡਾ ਮੌਜੂਦ ਹੋ ਤੁਸੀਂ ਅਸੀਂ ਤੁਹਾਡਾ ਸਨਮਾਨ ਦੇ ਰਹੇ ਜੇ ਅਸੀਂ ਅਸੀਂ ਬੇਨਤੀ ਕਰਾਂਗੇ ਸਾਨੂੰ ਤੁਸੀਂ ਜੋਗੀ ਦੇ ਵੀ ਅਗਰ ਤੁਹਾਨੂੰ ਦੋ ਸ਼ੇਰ ਸਾਨੂੰ ਸੁਣਾਓ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਨੀ ਮੈਂ ਜਾਣਾ ਜੋਗੀ ਨਾ ਨੀ ਮੈਂ ਜਾਣਾ ਜੋਗੀ ਨਾ ਕੰਨੀ ਮੁੰਦਰਾ ਪਾ ਕੇ ਮੱਥੇ ਤਿਲਕ ਲਗਾ ਕੇ ਕੰਨੀ ਮੁੰਦਰਾ ਪਾ ਕੇ ਮੱਥੇ ਤਿਲਕ ਲਗਾ ਕੇ ਨੀ ਮੈਂ ਜਾਣਾ ਜੋਗੀ ਨਾ ਨੀ ਮੈਂ ਜਾਣਾ ਜੋਗੀ ਨਾ ਜੋਗੀ ਦੇ ਨਾਲ ਨਾਲ ਜੋਗੀ ਦੇ ਨਾਲ ਨਾਲ ਮੈਂ ਜੋਗੀ ਦੇ ਮੈਂ ਜੋ
ਨਾਲ ਨਾਲ ਜੋਗੀ ਦੇ ਨਾਲ ਨਾਲ ਹੋ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸਦੋ ਨੀ ਮੈਨੂੰ ਧੀ ਦੋ ਰਾਂਝਾ ਹੀਰ ਨਾ ਖੋ ਕੋਈ ਓ ਮੈਂ ਰਾਂਝੇ ਵਿੱਚ ਰਾਂਝਾ ਮੈਂ ਵਿੱਚ ਹੋਰ ਖਿਆਲ ਨ ਕੋਈ ਨੀ ਮੈਂ ਨੀ ਮੈਂ ਨੀ ਮੈਂ ਜਾਣਾ ਜੋਗੀ ਨਾ ਨੀ ਮੈਂ ਜਾਣਾ ਜੋਗੀ ਨਾ ਨੀ ਮੈਂ ਜਾਣਾ ਜੋਗੀ ਨਾ ਵਾਹ ਬਹੁਤ ਖੂਬਸੂਰਤ ਜੀ ਰੱਬ ਨੇ ਤੁਹਾਨੂੰ ਬਹੁਤ ਖੂਬਸੂਰਤ ਵੋਕਲ ਕਾਰਡ ਦਿੱਤਾ ਹੈ ਤੇ ਬਹੁਤ ਖੂਬਸੂਰਤ ਤੁਸੀਂ ਉਹਦੀ ਵਰਤੋਂ ਕਰ ਰਹੇ ਹੋ ਬਹੁਤ ਬੜੀ ਗੱਲ ਹੈ ਅੱਲਾਹ ਤਾਲਾ ਇਸ ਆਵਾਜ਼ ਨੂੰ ਹਮੇਸ਼ਾ ਸਲਾਮਤ ਰੱਖੇ ਇਸੇ ਤਰੀਕੇ ਤੁਸੀਂ ਸੂਫੀਆਂ ਦਾ ਕਲਾਮ ਪੜ੍ਹਦੇ ਰਹੋ ਤੇ ਸਾਈਂ ਜ਼ਹੂਰ ਵਾਲਾ ਮਰਤਬਾ ਤੁਸੀਂ ਪਾਓ ਆਪਣੇ ਉਸਤਾਦਾਂ ਵਾਲਾ ਸਾਡੇ ਪਾਕਿਸਤਾਨ ਸਾਈਂ ਜ਼ਹੂਰ ਜੀ ਨੂੰ ਜਿੰਨੇ ਅਵਾਰਡ ਨੇ ਜਿਹੜੇ ਇੱਕ ਸਿਵਲ ਬੰਦੇ ਨੂੰ ਲੱਭ ਸਕਦੇ ਨੇ ਉਹ ਸਾਰੇ ਲੱਭੇ ਨੇ ਮੈਂ ਸਮਝਣਾ ਵਾ ਉਹਨਾਂ ਅਵਾਰਡਾਂ ਦੀ ਖੁਸ਼ਕਿਸਮਤੀ ਹੈ ਕਿ ਸਾਈਂ ਜੀ ਨੂੰ ਮਿਲੇ ਨੇ ਮੈਨੂੰ ਹੁਕਮ ਕੀਤਾ ਕਿ ਪੁੱਤਰ ਤੂੰ ਵੀ ਉੱਥੇ ਪਹੁੰਚ ਤੇ ਜਿਸ ਵੇਲੇ ਮੈਂ ਇੱਥੇ ਆਇਆ ਤੇ ਅਸੀਂ ਦੋ ਸ਼ੋਅ ਕੀਤੇ ਇਕੱਠਿਆਂ ਨੇ ਤੇ ਉਹ ਮੂਮੈਂਟ ਮੇਰੇ ਲਈ ਕਦੇ ਮੈਨੂੰ ਭੁੱਲ ਨਹੀਂ ਸਕਦਾ ਕਿ ਸਾਈਂ ਉਹਨਾਂ ਨੇ ਅੱਜ ਤੱਕ ਸ਼ਰਾਫਤ ਉਹਨਾਂ ਨੇ ਵੀ ਸਾਈਂ ਦੇ ਪਿੱਛੇ ਖੜ ਕੇ ਕੋਰਸ ਕੀਤਾ ਸੀ ਤੇ ਉਸ ਦਿਨ ਉਹਨਾਂ ਨੇ ਕਿਹਾ ਕਿ ਨਹੀਂ ਬੇਟੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਮੈਨੂੰ ਦੋ ਮਾਈਕ ਮੇਰੇ ਆਸੇ ਸੱਜੇ ਤੇ ਖੱਬੇ ਲੱਗਣੇ ਚਾਹੀਦੇ ਨੇ ਇੱਕ ਪਾਸੇ ਮੇਰਾ ਫਰਜ਼ੰਦ ਖੜੇਗਾ ਦੂਸਰੇ ਪਾਸੇ ਸ਼ਰਾਫਤ ਖੜੇਗਾ ਉਹਨਾਂ ਨੇ ਕਿਹਾ ਕਿ ਮੈਂ ਪੁੱਤਰ ਤੇ ਸ਼ਗਿਰਦ ਫਰਕ ਨਹੀਂ ਕੀਤਾ ਕਿ ਮੈਂ ਜੇ ਪੁੱਤਰ ਨੂੰ ਬਰਾਬਰ ਖਿਲਾ ਰਿਹਾ ਤੇ ਸ਼ਗਿਰਦ ਨੂੰ ਵੀ ਬਰਾਬਰ ਖਿਲਾ ਰਿਹਾ ਉਹਨਾਂ ਨੇ ਬੜਾ ਉਸ ਦਿਨ ਮੈਨੂੰ ਮਾਨ ਦਿੱਤਾ ਤੇ ਬਸ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੁਕਮ ਕਰਤਾ ਕਿ ਚੱਲ ਪੁੱਤਰ ਹੁਣ ਤੂੰ ਗਾ ਪਿਛਲੇ 5 ਸਾਲਾਂ ਤੋਂ ਮਤਲਬ ਮੈਂ ਉਹਨਾਂ ਨਾਲ ਜੁੜਿਆ ਸੀ ਪਰ ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਸੀ ਕਿਹਾ ਕਿ ਹੁਣ ਤੂੰ ਸ਼ੁਰੂ ਕਰ ਹੁਣ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੇ ਮੈਨੂੰ ਆਗਿਆ ਦਿੱਤੀ ਹੈ ਕਿ ਪੁੱਤਰ ਹੁਣ ਚੜ੍ਹਦੀ ਕਲਾ ਹੋਏਗੀ ਤੂੰ ਤੇਰਾ ਨਾਮ ਰੋਸ਼ਨ ਹੋ ਜਾਏਗਾ ਬਹੁਤ ਬੜੀ ਗੱਲ ਹੈ ਜੀ ਇਹ ਬੜੀ ਇਜ਼ਾਜ਼ਤ ਦੀ ਗੱਲ ਹੈ ਕਿ ਤੁਸੀਂ ਆਪਣੇ ਉਸਤਾਦ ਦੇ ਸ਼ਿਤਰਸ਼ਾਵੇਂ ਉਹਨਾਂ ਦੇ ਜ਼ੇਰੇ ਸਾਇਆ ਤੁਸੀਂ ਨੇ ਸਿੱਖਿਆ ਉਹਨਾਂ ਕੋਲ ਉਹਨਾਂ ਨੇ ਤੁਹਾਨੂੰ ਆਪਣੇ ਜ਼ੇਰੇ ਨਿਗਰਾਨੀ ਕਿਹਾ ਵੀ ਪੜ੍ਹੋ ਖੁਦ ਇਜਾਜ਼ਤ ਫਰਮਾ ਦਿੱਤੀ ਕਿਆ ਬਾਤ ਹੈ ਸਾਈਂ ਜੀ ਬਹੁਤ ਬੜੀ ਮਹਾਨ ਹਸਤੀ ਨੇ ਜੀ ਸ਼ਰਾਫਤ ਸੀ ਸਾਡੇ ਬੜੇ ਅੱਛੇ ਦੋਸਤ ਨੇ ਤੇ ਉਹ ਬੜੇ ਪਿਆਰੇ ਮਿੱਤਰ ਨੇ ਸਾਡਾ ਅਕਸਰ ਰਾਬਤਾ ਰਹਿੰਦਾ ਉਹਨਾਂ ਦੇ ਨਾਲ ਸਾਈਂ ਜੀ ਦੀ ਬੜੀ ਅੱਛੇ ਇਨਸਾਨ ਬੜੀ ਲੰਬੀ ਸਾਰੀ ਟੀਮ ਬਹੁਤ ਪਿਆਰ ਕਰਦੀ ਮੈਨੂੰ ਸਾਈਂ ਦੇ ਬਾਰੇ ਉਹਨਾਂ ਦੀ ਲਾਈਫ ਬਾਰੇ ਬਾਇਓਗ੍ਰਾਫੀ ਪੂਰੇ ਇਸ ਚੈਨਲ ਸਾਡੇ ਤੇ ਪੂਰੀ ਉਹਨਾਂ ਦੀ ਪਈ ਹੋਈ ਹੈ ਵੀਡੀਓ ਵੀ ਅੱਛਾ ਬੜਾ ਅੱਛਾ ਲੱਗ ਰਿਹਾ ਜੀ ਤੇ ਪ੍ਰੋਗਰਾਮ ਦੇ ਐਂਡ ਵੱਲ ਜਾ ਰਹੇ ਹਾਂ ਕੀ ਸੁਨੇਹਾ ਦਿਓਗੇ ਲੈਂਦੇ ਪੰਜਾਬ ਵਾਸੀਆਂ ਨੂੰ ਬਸ ਮੈਨੂੰ ਬੜੀ ਮੁਹੱਬਤ ਮਿਲ ਰਹੀ ਹੈ ਮੈਂ ਜਦੋਂ ਵੀ ਕੋਈ ਫੇਸਬੁੱਕ ਤੇ ਪੋਸਟ ਪਾਉਣਾ ਤੇ ਉਹ ਬਹੁਤ ਸਾਰੇ ਪਾਕਿਸਤਾਨ ਤੋਂ ਮੇਰੇ ਭਰਾਵਾਂ ਦੇ ਭੈਣਾਂ ਦੇ ਮੈਨੂੰ ਸੁਨੇਹੇ ਆਏ ਹੁੰਦੇ ਨੇ ਬੜਾ ਚੰਗਾ ਲੱਗਦਾ ਹੈ ਮੇਰੇ ਆਪਣੇ ਪੰਜਾਬ ਵਾਲੇ ਵੀ ਮੈਨੂੰ ਪਿਆਰ ਕਰ ਰਹੇ ਨੇ ਕਿਉਂਕਿ ਜਦੋਂ ਤੁਸੀਂ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਜਦੋਂ ਕਿਸੇ ਦੇ ਦਿਲ ਨੂੰ ਟੁੰਬਦਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਜਿਸ ਨੇ ਗਾਇਆ ਮੇਰੀ ਉਹਦੇ ਨਾਲ ਗੱਲ ਹੋ ਜਾਏ ਕਈ ਵਾਰੀ ਮੈਨੂੰ ਸੁਨੇਹਾ ਆਉਂਦਾ ਤੇ ਮੈਂ ਤੁਰੰਤ ਰਿਪਲਾਈ ਕਰਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਔਰ ਉਹ ਹੋਰ ਸਰਸ਼ਾਰ ਹੋ ਜਾਂਦੇ ਨੇ ਕਿ ਸਾਨੂੰ ਪੁੱਛਦੇ ਨੇ ਕਿ ਫਰਜ਼ੰਦ ਆਪ ਹੀ ਲਿਖ ਰਿਹਾ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਭਾਈ ਮੈਂ ਆਪ ਹੀ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ ਬੜਾ ਮਾਨ ਮਿਲ ਰਿਹਾ ਤੇ ਉਹ ਬਹੁਤ ਚੰਗਾ ਲੱਗ ਰਿਹਾ ਤੇ ਸਾਰੇ ਚਾਹੁੰਦੇ ਬਸ ਮੈਸੇਜ ਦੇਣ ਜੋਗਾ ਤੇ ਮੈਂ ਨਹੀਂ ਹੋਇਆ ਨਹੀਂ ਸਭ ਦੇਣੇ ਨੇ ਬਸ ਮੈਂ ਤੇ ਇਹ ਕਹਿੰਦਾ ਕਿ ਜਿੱਥੇ ਵੀ ਕੋਈ ਚੰਗਾ ਸੰਗੀਤ ਮਿਲ ਜਾਏ ਬਸ ਉਹਨੂੰ ਤੁਸੀਂ ਚੁੱਕ ਲਓ ਉਹਨੂੰ ਪਿਆਰ ਕਰੋ ਬਸ ਇਹੀ ਹੈ ਬਹੁਤ ਖੂਬਸੂਰਤ ਸੁਨੇਹਾ ਜੀ ਤੁਹਾਡਾ ਤੇ ਤੁਸੀਂ ਪਿਆਰ ਡਿਸਰਵ ਕਰਦੇ ਜੇ ਤੁਹਾਡਾ ਆ ਕੇ ਕਿਉਂ ਜੀ ਤੁਸੀਂ ਆਰਟ ਨਾਲ ਜੁੜੇ ਜੇ ਤੁਸੀਂ ਧਰਤੀ ਦੀ ਤੁਸੀਂ ਸੱਭਿਆਚਾਰ ਦੀ ਤੁਸੀਂ ਸਾਡੀ ਮਾਂ ਬੋਲੀ ਦੀ ਸੇਵਾ ਕਰ ਰਹੇ ਜੇ ਤੁਸੀਂ ਸਾਡੇ ਸੂਫੀਜ਼ਮ ਨੂੰ ਪ੍ਰਮੋਟ ਕਰ ਰਹੇ ਜੇ ਤੁਸੀਂ ਬਹੁਤ ਬੜਾ ਆਰ ਲੱਗੇ ਜੀ ਸੋਹਣੇ ਅੱਲਾ ਕਰੀ ਇਸੇ ਤਰੀਕੇ ਤੁਸੀਂ ਅਸੀਂ ਆਰ ਲੱਗੇ ਰਹੋ ਤੁਸੀਂ ਗੱਲ ਕੀਤੀ ਹੈ ਬੜੀ ਵਧੀਆ ਗੱਲ ਕੀਤੀ ਹੈ ਕਿ ਮੈਂ ਕਹਿੰਦਾ ਹੁੰਦਾ ਕਿ ਸੂਫੀ 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 ਸਾਰੇ ਪਾਈ ਜਾਂਦੇ ਰੌਲਾ ਪਤਾ ਕਿਸੇ ਨੂੰ ਨਾ ਸੂਫੀ ਚੀਜ਼ ਹੁੰਦੀ ਕੀ ਹੈ ਰਾਗੀਆਂ ਦਾ ਰਾਗ ਸੂਫੀ ਸਾਜ਼ੀਆਂ ਦਾ ਸਾਜ਼ ਸੂਫੀ ਗੌਣ ਵਾਦ ਸੂਫੀ ਲਾਉਣ ਦੀ ਡਾਢਾ ਜੀ ਹੈ ਪਤਾ ਕਿਸੇ ਨੂੰ ਨਾ ਸੂਫੀ ਕੀ ਕਿਆ ਬਾਤ ਤੁਰਦਰ ਗਾ ਦੀ ਗੱਲ ਹੈ ਤਲਵਾਰ ਦੀ ਤਿੱਖੀ ਧਾਰ ਤੇ ਤੁਰਨਾ ਪੈਂਦਾ ਜੇ ਤੁਸੀਂ ਸੂਫੀ ਬਣਨਾ ਹੈ ਘੁੰਗਰੂ ਪਾ ਕੇ ਬੁੱਲੇ ਬੁੱਲੇ ਵਾਂਗੂ ਤੁਹਾਨੂੰ ਨੱਚਣਾ ਪਏਗਾ ਤੁਹਾਨੂੰ ਮਨਾਉਣਾ ਪਏਗਾ ਤੇ ਫਿਰ ਜਾ ਕੇ ਸੂਫੀ ਦੀ ਗੱਲ ਹੈ ਮੈਂ ਐਵੇਂ ਫਰਜ਼ੰਦ ਸਾਈਂ ਬਣਿਆ ਬੈਠਾ ਮੈਂ ਤਾਂ ਜੇ ਉੱਥੇ ਕੋਈ ਪੜਦਾ ਹੈ ਤੇ ਉਹਦੇ ਵਿੱਚੋਂ ਕੋਈ ਜਿਹੜੇ ਕੰਕਰ ਕਿਰਦੇ ਨੇ ਨਾ ਉਹ ਬਸ ਇੱਕ ਮੈਂ ਛੋਟਾ ਜਿਹਾ ਕੰਕਰ ਹਾਂ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਨੂੰ ਅੱਗੇ ਲੈ ਕੇ ਜਾਵਾਂ ਬਹੁਤ ਸੋਹਣੀਆਂ ਤੁਹਾਡੀਆਂ ਤੁਹਾਡੇ ਵਿਚਾਰ ਨੇ
ਬਹੁਤ ਸੋਹਣੇ ਤੁਹਾਡੇ ਵਿਚਾਰ ਨੇ ਜੀ। ਤੁਸੀਂ ਬਿਲਕੁਲ ਉਹ ਐਨਕ ਪਾਈ ਹੈ ਇਸ਼ਕ ਦੀ ਜਿਹੜੀ ਬਾਬਾ ਬੁੱਲੇ ਸ਼ਾਹ ਜੀ ਨੇ ਪਾਈ ਸੀ। ਇਸ ਐਨਕ ਵਿੱਚ ਉਹਨਾਂ ਨੂੰ ਸਾਰੇ ਇਨਸਾਨ ਇੱਕੋ ਜਿਹੇ ਲੱਗਦੇ ਸੀ। ਤੁਸੀਂ ਖੁਦ ਉਹ ਸੂਈ ਧਾਗਾ ਉਹ ਜਿਹੜਾ ਜੋੜਦਾ ਹੈ, ਠੀਕ ਹੈ, ਤੁਸੀਂ ਉਹ ਕੰਮ ਕਰ ਰਹੇ ਜੇ ਜੋੜਨ ਵਾਲਾ ਕੰਮ ਕਰ ਰਹੇ ਜੇ। ਤੁਸੀਂ ਖੁਦ ਤੋਂ ਸ਼ੁਰੂ ਕੀਤਾ ਹੈ, ਸੂਫੀ ਖੁਦ ਤੋਂ ਸ਼ੁਰੂ ਕਰਦਾ ਹੈ। ਇਹ ਬਹੁਤ ਬੜੀ ਗੱਲ ਹੈ, ਮੈਨੂੰ ਬੜਾ ਚੰਗਾ ਲੱਗਾ ਤੁਹਾਡੇ ਵਿਚਾਰ ਦੇਖ ਕੇ। ਤੁਸੀਂ ਵਾਕਈ ਨਾ ਸਿਰਫ ਸੂਫੀ ਕਲਾਮ ਪੜ੍ਹਦੇ ਹੋ, ਤੁਹਾਡੀ ਗੱਲਾਂ 'ਚ ਤੁਹਾਡੇ ਜ਼ਿੰਦਗੀ 'ਚ ਵੀ ਉਹਦੀ ਝਲਕ ਸਾਨੂੰ ਨਜ਼ਰ ਆ ਰਹੀ, ਤੁਹਾਡੇ ਪਹਿਰਾਵੇ 'ਚ ਵੀ ਉਹਦੀ ਝਲਕ ਸਾਨੂੰ ਨਜ਼ਰ ਆ ਰਹੀ ਹੈ। ਅਸੀਂ ਜੀ ਸਲਾਮ ਪੇਸ਼ ਕਰਦੇ ਹਾਂ ਤੁਹਾਨੂੰ ਅਤੇ ਦਾਤ ਦਿੰਦੇ ਹਾਂ ਤੁਹਾਡੇ ਇਸ ਆਰਟ ਨੂੰ। ਬਹੁਤ ਸੋਹਣਾ ਤੁਸੀਂ ਸਾਨੂੰ ਸੁਣਾਇਆ, ਅਸੀਂ ਤੁਹਾਡਾ ਜਿੰਨਾ ਸ਼ੁਕਰੀਆ ਅਦਾ ਕਰੀਏ ਉਹ ਘੱਟ ਹੈ। ਅਤੇ ਬਹੁਤ ਮਿਹਰਬਾਨੀ ਜੀ, ਡਾਕਟਰ ਗਜ਼ਲਫਰ ਬੁਖਾਰੀ ਪੰਜਾਬ ਪਾਕਿਸਤਾਨ ਤੋਂ, ਇਜਾਜ਼ਤ ਚਾਹੁੰਦਾ ਹੈ, ਰੱਬ ਰਾਖਾ।